ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰਪ੍ਰੇ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਜਾਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਅਦ ਇਹਨਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਬੱਲ ਗੜਜੋੜ ਨੂੰ ਲੈ ਕੇ ਪੰਜਾਬ ਪਾਪਾ ਪ੍ਰਧਾਨ ਦਾ ਵੱਡਾ ਐਲਾਨ ਤਾਂ ਦੋਸਤੋ ਸਵੇਰੇ ਬੈਚ ਗੜਜੋੜ ਨੂੰ ਲੈ ਕੇ ਪੰਜਾਬ ਪਾਪਾ ਪ੍ਰਧਾਨ ਅਸ਼ਬਨੀ ਸ਼ਰਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪੰਜਾਬ ਭਾਇਪਾ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਕਾਲੀਦਾਲ ਦੇ ਨਾਲ ਕਿਸੇ ਵੀ ਕੀਮਤੇ ਗੱਡ ਜੋੜ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਹੈ ਕਿ ਭਾਇਪਾ ਸੂਬੇ ਦੀਆਂ ਸਾਰੀਆਂ 13 ਸੀਟਾਂ ਤੇ ਇਕੱਲਿਆਂ ਹੀ ਚੋਣ ਲੜੇਗੀ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਉਸ ਸਮੇਂ ਸਾਨੂੰ ਛੱਡ ਦਿੱਤਾ ਸੀ ਜਦੋਂ ਇਹਦੀ ਲੋੜ ਸੀ ਪਰ ਹੁਣ ਉਹਨਾਂ ਨੇ ਸੂਬੇ ਵਿੱਚ ਗੱਡ ਜੋੜ ਦੀਆਂ ਸੰਭਾਵਨਾਵਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਦੱਸਦੇ ਕਿ ਪੰਜਾਬ ਭਾਇਪਾ ਪ੍ਰਧਾਨ ਕੱਲ੍ਹ ਮਲੋਟਾ ਪਹੁੰਚੇ ਸਨ ਤੇ ਜਿੱਥੇ ਉਹਨਾਂ ਨੇ ਇਹ ਵੱਡਾ ਐਲਾਨ ਕੀਤਾ ਹੈ ਕਲਯੁਗੀ ਮਾਂ ਦੇ ਵੱਲੋਂ 5 ਸਾਲਾ ਧੀ ਦਾ ਗਲਾ ਘੁੱਟਣ ਮਗਰੋਂ ਪਾਣੀ ਦੇ ਟੈਂਕੀ ਵਿੱਚ ਸੁੱਟਿਆ ਮੌਤ ਤਾਂ ਦੋਸਤੋ ਪਿੰਡ ਲਖਪੁਰ ਵਿਖੇ ਇੱਕ ਕਲਯੁਗੀ ਮਾਂ ਦੇ ਵੱਲੋਂ ਆਪਣੀ ਹੀ ਧੀ ਦਾ ਗਲਾ ਘਟਕੇ ਮਾਰ ਦੇਣ ਦੀ ਜਾਣਕਾਰੀ ਸਾਹਮਣੇ ਆਈ ਹੈ ਮ੍ਰਿਤਕਾ ਲੜਕੀ ਦੀ ਪਛਾਣ ਸਿਮਰਨਜੀਤ ਕੌਰ ਆ 5 ਸਾਲਾ ਵਜੋਂ ਹੋਈ ਹੈ ਰਾਵਲਪਿੰਡੀ ਥਾਣਾ ਦੇ ਐਸਐਚਓ ਕਾਂਤੀ ਰਾਣੀ ਨੇ ਦੱਸਿਆ ਕਿ ਲੜਕੀ ਦੀ ਮਾਂ ਕੈਰਨਾ 30 ਸਾਲਾ ਪਤਨੀ ਵਿਜੇ ਕੁਮਾਰ ਨੇ ਆਪਣੀ ਧੀ ਦਾ ਗਲਾ ਕੋਟਣ ਤੋਂ ਬਾਅਦ ਉਸ ਨੂੰ ਪਾਣੀ ਵਾਲੇ ਟੈਂਕੀ ਵਿੱਚ ਸ਼ੌਟ ਦਿੱਤਾ ਜਿਸ ਦੇ ਕਾਰਨ ਉਹਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਕੱਲ ਸਵੇਰੇ ਪੁਲਿਸ ਨੂੰ ਕੰਟਰੋਲ ਰੂਮ 'ਤੇ ਰਾਹੀਂ ਮਿਲਿਆ ਅਤੇ ਜਿਸ ਦੀ ਸੂਚਨਾ ਮਿਲਦੇ ਸਾਰ ਹੀ ਐਸਐਚਓ ਆਪਣੀ ਟੀਮ ਦੇ ਸਮੇਤ ਮੌਕੇ ਤੇ ਪਹੁੰਚਿਆ ਅਤੇ Laash ਨੂੰ ਕਬਜ਼ੇ ਵਿੱਚ ਲੈਣ ਮਗਰੋਂ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਅਤੇ ਮਾਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਧਾਰਾ 302 ਦੇ ਤਹਿਤ ਆਈਪੀਸੀ ਦੇ ਤਹਿਤ ਕੇਸ ਅਦਾਲਤ ਵਿੱਚ ਦਰਜ ਕੀਤਾ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੀ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਗਲੀ ਖਬਰ ਆ ਪੜਾਈ ਤੇ ਵੀ ਸੀਤ ਲਹਿਰ ਦਾ ਅਸਰ ਦਿੱਲੀ ਵਿੱਚ ਸਾਰੇ ਸਕੂਲ 15 ਜਨਵਰੀ ਤੱਕ ਬੰਦ ਜੀ ਆਹ ਦੋਸਤੋ ਦੇਖਦੇ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ ਤੇ ਦਿੱਲੀ ਐਨਸੀਆਰ ਸਮੇਤ ਉੱਤਰੀ ਭਾਰਤ ਵਿੱਚ ਅਕੜਾਕੀ ਦੀ ਠੰਡ ਪੈ ਰਹੀ ਹੈ ਰੇਲ ਬੱਸ ਤੋਂ ਲੈ ਕੇ ਹਵਾਈ ਸਿਵਾਮਾਂ ਤੇ ਵੀ ਠੰਡ ਤੇ ਧੁੰਦ ਦਾ ਅਸਰ ਪੈ ਰਿਹਾ ਤੇ ਇਸ ਵਿਚਾਲੇ ਦਿੱਲੀ ਸਰਕਾਰ ਨੇ 15 ਜਨਵਰੀ ਤੱਕ ਸਾਰੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਸਿਖਿਆ ਬੋਰਡ ਡਾਇਰੈਕਟੋਰੇਟਾ ਦੇ ਹੁਕਮਾਂ ਦੇ ਅਨੁਸਾਰ ਦਿੱਲੀ ਵਿੱਚ ਚੱਲ ਰਹੀ ਸੀਤ ਲਹਿਰ ਦੇ ਮੱਦੇਨਜ਼ਰ ਦਿੱਲੀ ਦੇ ਸਾਰੇ ਪ੍ਰਾਈਵੇਟ ਸਕੂਲਾਂ ਨੂੰ 15 ਜਨਵਰੀ 2023 ਤੱਕ ਬੰਦ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਲੁਧਿਆਣਾ ਵਿੱਚ ਚੱਲਦੀ ਕਾਰ ਨੂੰ ਲੱਗੀ ਅੱਗ ਸੜ ਕੇ ਹੋਈ ਸੁਆਹ ਬਾਲ-ਬਾਲ ਬੱਚੇ 5 ਲੋਕ ਜੀ ਆਂ ਦੋਸਤੋ ਪੰਜਾਬ ਦੇ ਲੁਧਿਆਣਾ ਵਿੱਚ ਐਤਵਾਰ ਨੂੰ ਚੰਡੀਗੜ੍ਹ ਰੋਡ ਤੇ ਚੱਲਦੀ ਕਾਰ ਵਿੱਚ ਅਚਾਨਕ ਅੱਗ ਲੱਗ ਗਈ ਕੌਜੀ ਸਮਰੇ ਵਿੱਚ ਕਾਰ ਪੂਰੀ ਤਰ੍ਹਾਂ ਦੇ ਨਾਲ ਸੜ ਕੇ ਸੁਆਹ ਹੋ ਗਈ ਦੱਸਿਆ ਜਾ ਰਿਹਾ ਕਿ ਮੌਕੇ ਤੇ ਮੌਜੂਦ ਲੋਕਾਂ ਨੇ ਕਾਰ ਵਿੱਚ ਸਵਾਰ 5 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਲੋਕਾਂ ਨੇ ਇਸ ਸਬੰਧੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਇਸ ਤੋਂ ਪਹਿਲਾਂ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਮੁਫਤਾ ਬਿਜਲੀ ਦੇ ਚਾਬ ਵਿੱਚ ਲੋਕਾਂ ਨੇ ਕੱਢਿਆ ਮੀਟਰਾਂ ਦਾ ਧੂਆਂ ਪਾਵਰਕਾਮ ਦੇ ਉੱਤੇ ਹੋਰ ਵਧਿਆ ਕਰਜ਼ੇ ਦਾ ਬੋਝ ਤਾਂ ਦੋਸਤੋ ਪੰਜਾਬ ਸਰਕਾਰ ਦੇ ਜ਼ੀਰੋ ਬਿਜਲੀ ਬਿੱਲ ਦੇ ਅਸਰ ਨਜ਼ਰ ਆਉਣ ਲੱਗੇ ਹਨ ਤੇ ਮਾਹਿਰਾਂ ਦੇ ਮੰਨਣੇ ਤਾਂ ਮੁਫਤਾ ਬਿਜਲੀ ਦੇ ਫੈਸਲੇ ਦੇ ਨਾਲ ਪੰਜਾਬ ਸਰਕਾਰ ਦੇ ਉੱਤੇ ਹਰ 2 ਘੰਟੇ ਬਾਅਦ 2 ਕਰੋੜ ਰੁਪਏ ਦਾ ਵਿੱਤੀ ਬੋਝ ਵਧਨ ਦੇ ਪੂਰੇ ਅਸਾਰ ਹਨ ਤੇ ਉਦੋਂ ਤੋਂ ਲੈ ਕੇ ਹੁਣ ਤੱਕ 9 ਮਹੀਨਿਆਂ ਦੀ 12845 ਕਰੋੜ ਰੁਪਏ ਦੀ ਸਬਸਿਡੀ ਐ ਸਬੰਧੀ ਸਾਲ ਤੱਕ 18000 ਕਰੋੜ ਰੁਪਏ ਤੱਕ ਪਹੁੰਚਣ ਦੀ ਵੀ ਸੰਭਾਵਨਾ ਹੈ ਦੁਨੀਆ ਦੇ ਸਭ ਤੋਂ ਲੰਬੇ ਰਿਵਰ ਕਰੂਜ਼ ਨੂੰ ਪੀਐਮ ਮੋਦੀ ਦੇਣਗੇ ਹਰੀ ਚੰਡੀ 13 ਜਨਵਰੀ ਨੂੰ ਹੋਵੇਗੀ ਪਹਿਲੀ ਯਾਤਰਾ ਜਿहां ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ 13 ਜਨਵਰੀ ਨੂੰ ਬਾਰਨਸੀ ਵਿੱਚ ਦੁਨੀਆ ਦੇ ਸਭ ਤੋਂ ਲੰਬੇ ਰਿਵਰ ਕਰੂਜ਼ ਨੂੰ ਹਰੀ ਚੰਡੀ ਦੇਣਗੇ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ ਨਦੀ ਦਾ ਕਰੂਜ ਜਹਾਜ਼ ਐਮਬੀ ਗੰਗਾ ਵਿਲਾਸ ਸ਼ੁੱਕਰਵਾਰ ਨੂੰ ਬਾਰਾਨਸੀ ਤੋਂ ਆਪਣੀ ਪਹਿਲੀ ਯਾਤਰਾ ਤੇ ਰਵਾਨਾ ਹੋਵੇਗਾ ਤੇ ਇਹ ਦੌੜ ਉਹ 3200 ਕਿਲੋਮੀਟਰ ਤੋਂ ਵੱਧ ਦੀ ਲੰਬੀ ਦੂਰੀ ਤੈਅ ਕਰੇਗਾ। ਜਾਦਾ ਦਬਾਅ ਵਧਨ ਤੇ ਰੂਸ ਕਰ ਸਕਦਾ ਹੈ ਪਰਮਾਣੂ ਹਮਲਾ। ਜਿਵੇਂ ਦੋਸਤੋ ਰੂਸ ਯੂਕਰੇਨ ਵਿਚਾਲੇ جاری ਯੁੱਧ ਨੂੰ ਕਰੀਬ 11 ਮਹੀਨੇ ਹੋਣ ਵਾਲੇ ਹਨ ਤੇ ਇਸ ਦੌਰਾਨ ਦੋਹਾਂ ਪੱਖਾਂ ਦੇ ਵਿੱਚੋਂ ਕੋਈ ਵੀ ਝੁਕਣ ਦੇ ਲਈ ਤਿਆਰ ਨਹੀਂ ਹਾਂ ਜੇ ਕਿਸੇ ਵੀ ਜੰਦ ਵਿੱਚ ਸਮਾਂ ਸਭ ਤੋਂ ਨਿਰਣਾਇਕ ਕਾਰਕ ਹੁੰਦਾ ਹੈ ਯੂਕਰੇਨ ਦੇ ਲਈ ਵੀ ਸਮਾਂ ਅਹਿਮਤ ਸਰਦੀਆਂ ਦੀ ਸ਼ੁਰੂਆਤ ਦੇ ਵਿਚਕਾਰ ਜੰਦ ਆਪਣੇ ਦੂਜੇ ਸਾਲ ਵਿੱਚ ਦਾਖਲ ਹੋ ਰਿਹਾ ਤੇ ਯੂਕਰੇਨ ਦੇ ਕੋਲ ਜਾਦਾ ਸਮਾਂ ਨਹੀਂ ਹੈ ਰੂਸਾ ਤੇ ਵੀ ਵੱਧ ਤੋਂ ਵੱਧ ਦੁਬਾਰਾ ਹੀ ਉਹਦੀ ਜਿੱਤ ਦਾ ਇੱਕੋ ਇੱਕ ਰਸਤਾ ਹੈ ਤੇ ਉਸ ਨੂੰ ਇਸ ਸੀਜ਼ਨ ਵਿੱਚ ਲਗਾਤਾਰ ਸਟ੍ਰਾਈਕ ਕਰਨੀ ਪਵੇਗੀ ਤੇ ਨਾਟੋ ਦੇਸ਼ਾਂ ਦੇ ਸਮਰਥਨ ਦੇ ਨਾਲ ਰੂਸ ਤੇ ਦਬਾਅ ਵਧੇਗਾ ਪਰ ਹੋਰ ਅਦਬਾਅ ਪਾਉਣ ਦੇ ਵੀ ਖਤਰੇ ਹਨ ਰੂਸ ਪ੍ਰਮਾਣੂ ਹਥਿਆਰਾਂ ਦੇ ਵਰਤੋਂ ਸਮੇਤ ਜੰਗ ਦੇ ਦਾਇਰੇ ਨੂੰ ਵਧਾ ਸਕਦਾ ਹੈ ਤੇ ਯੂਐਸ ਮਰੀਨਾ ਕੋਰ ਦੇ ਨਾਲ ਜੰਗੀ ਮੁਹਿੰਮਾਂ ਦੇ ਵਿੱਚ ਕਈ ਸਾਲ ਬਤੌਣ ਵਾਲੇ ਇੱਕ ਅਧਿਕਾਰੀ ਨੇ ਆਪਣੇ ਅਨੁਭਵ ਸ਼ੇਅਰ ਕਰਦਿਆਂ ਇਹ ਗੱਲ ਕਹੀ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੇ ਦਸ਼ਾ ਸੁਧਾਰਨ ਦੇ ਲਈ ਲਗਾਤਾਰ ਯਤਨਸ਼ੀਲ ਕਲਦੀਪ ਸੰਗਤਾਲੀਵਾਲ ਤਾਂ ਦੋਸਤੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਦੇ ਦਾ ਸ਼ਾ ਸੁਧਾਰਨ ਦੇ ਲਈ ਲਗਾਤਾਰ ਯਤਨਸ਼ੀਲ ਹੈ ਇਸੇ ਦਿਸ਼ਾ ਦੇ ਵਿੱਚ ਕੰਮ ਕਰਦੇ ਮਿਸ਼ਨ ਸਾਂਝਾ ਜਲ ਤਲਾਬ ਦੇ ਅਧੀਨ ਸੂਬੇ ਦੇ ਪਿੰਡਾਂ ਵਿਜਲੇ ਛੱਪੜਾਂ ਦੇ ਨਵੀਨੀਕਰਨ ਦਾ ਕੰਮ ਜੰਗੇ ਪੱਧਰ ਤੇ ਜਾਰੀ ਹੈ ਤੇ ਪੰਜਾਬ ਦੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਕਲਦੀਪ ਸੰਗਤਾਲੀਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਵਿਭਾਗ ਦੇ ਵੱਲੋਂ ਇਸ ਵਿੱਤੀ ਸਾਲ ਦੇ ਦੌਰਾਨ ਜਿੱਥੇ ਸੀਚੇਬਾਲ ਮਾਡਲ ਅਤੇ ਥਾਪਰ ਮਾਡਲ ਦੇ ਰਾਹੀਂ 883 ਛਪੜਾਂ ਦਾ ਨਵੀਨੀਕਰਨ ਕੀਤਾ ਜਾ ਚੁੱਕਿਆ ਹੈ ਤੇ ਉੱਥੇ ਹੀ ਮਨਰੇਗਾ ਸਕੀਮ ਦੇ ਤਹਿਤ ਮਿਸ਼ਨ ਸਾਂਝਾ ਜਲ ਤਲਾਬ ਦੇ ਅਧੀਨ ਪੁਰਾਣੇ ਜਲ ਤਲਾਬਾਂ ਦਾ ਨਵੀਨੀਕਰਨ ਵੀ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਕੈਬਨਟ ਮੰਤਰੀ ਨੇ ਦੱਸਿਆ ਕਿ ਮਿਸ਼ਨ ਸਾਂਝਾ ਜਲ ਤਲਾਬ ਦੇ ਅਧੀਨ ਵਿਭਾਗ ਦੇ ਵੱਲੋਂ ਸੂਬੇ ਦੇ ਅੰਦਰ ਕਲਾ 1822 ਤਲਾਬਾਂ ਦੀ ਪਛਾਣ ਕੀਤੀ ਗਿਆ ਜਿਹਦੇ ਵਿੱਚ 1026 ਸਥਾਨਾਂ ਤੇ ਕੰਮ ਸ਼ੁਰੂ ਹੋ ਗਿਆ ਹੈ ਪਿਆਕਰਾਂ ਲਈ ਖੁਸ਼ਖਬਰੀ ਚੰਡੀਗੜ੍ਹ ਵਿੱਚ ਸ਼ਰਾਬ ਸਸਤੀ ਕਰਨ ਦੀ ਤਿਆਰੀ ਤਾਂ ਦੋਸਤੋ ਸ਼ਰਾਬ ਦੇ ਸ਼ੌਕੀਨਾਵਾਂ ਦੇ ਲਈ ਖੁਸ਼ਖਬਰੀ ਹੈ ਚੰਡੀਗੜ੍ਹ ਵਿੱਚ ਅਗਲੇ ਵਿੱਤੀ ਸਾਲ ਤੋਂ ਸ਼ਰਾਬ ਸਸਤੀ ਹੋ ਸਕਦੀ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸਾਲ 2023-24 ਦੇ ਲਈ ਬਣਾਈ ਜਾਣ ਵਾਲੀ ਨਵੀਂ ਸ਼ਰਾਬ ਨੀਤੀ ਦੇ ਵਿੱਚ ਸ਼ਰਾਬ ਦੀ ਤਸਕਰੀ ਨੂੰ ਰੋਕਣ ਦੇ ਲਈ ਰਣਨੀਤੀ ਬਣਾਈ ਜਾ ਰਹੀ ਹੈ ਅਤੇ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਮੁਕਾਬਲੇ ਚੰਡੀਗੜ੍ਹ ਵਿੱਚ ਸ਼ਰਾਬ ਦੀ ਕੀਮਤਾਂ ਘਟਾ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਸ਼ਰਾਬ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਸੀ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਪੰਜਾਬ ਅਤੇ ਹਰਿਆਣਾ ਦੇ ਮੁਕਾਬਲੇ ਚੰਡੀਗੜ੍ਹ ਵਿੱਚ ਸ਼ਰਾਬ ਸਸਤੀ ਸੀ ਪਰ ਪਿਛਲੇ ਸਾਲ ਪੰਜਾਬ ਸਰਕਾਰ ਨੇ ਸ਼ਰਾਬ ਨੀਤੀ ਵਿੱਚ ਸੋਧ ਕੀਤੀ ਸੀ ਜਿਸ ਕਾਰਨ ਪੰਜਾਬ ਵਿੱਚ ਚੰਡੀਗੜ੍ਹ ਦੇ ਨਾਲੋਂ ਸ਼ਰਾਬ ਸਸਤੀ ਹੈ ਪੰਜਾਬ ਦੇ ਵਿੱਚ ਸਸਤੀ ਸ਼ਰਾਬ ਹੁਣ ਕਰਕੇ ਚੰਡੀਗੜ੍ਹ ਦੇ ਸ਼ਰਾਬ ਠੇਕੇਦਾਰਾਂ ਨੇ ਰੇਟਾ ਘਟਾਉਂਦੀ ਮੰਗ ਕੀਤੀ ਸੀ ਇਸ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਯੂਟੀ ਪ੍ਰਸ਼ਾਸਨ ਇਸ ਵਾਰ ਸ਼ਰਾਬ ਦੀਆਂ ਕੀਮਤਾਂ ਵਿੱਚ ਕਟੌਤੀ ਕਰ ਸਕਦਾ ਤਾਂ ਜੋ ਮਾਲੀਆ ਵਧਾਇਆ ਜਾ ਸਕੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਡੀਜ਼ਲ ਤੇ ਵੈਟ ਵਧਾਇਆ 3 ਰੁਪਏ ਮਹਿੰਗਾ ਹੋਇਆ ਡੀਜ਼ਲ ਆ ਜੀ ਹਾਂ ਦੋਸਤੋ ਹਿਮਾਚਲ ਪ੍ਰਦੇਸ਼ ਵਿੱਚ ਡੀਜ਼ਲ ਦੀਆਂ ਕੀਮਤਾਂ ਵਧਣ ਜਾ ਰਹੀਆਂ ਹਨ ਮੋੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਕੱਲ ਆਪਣੀ ਕੈਬਨਿਟ ਦਾ ਵਿਸਤਾਰ ਕੀਤਾ ਤੇ ਅੱਜ ਵਾਲੇ ਦਿਨ ਹੀ ਸਵੇਰ ਸਰਕਾਰ ਨੇ ਡੀਜ਼ਲ ਤੇ ਬੈਟ 6.40% ਤੋਂ ਵਧਾ ਕੇ 9.96% ਪ੍ਰਤੀ ਲੀਟਰ ਕਰ ਦਿੱਤਾ ਹੈ ਇਸ ਵਾਧੇ ਤੋਂ ਬਾਅਦ ਡੀਜ਼ਲ ਤੇ ਬੈਟ 4 ਰੁਪਏ 40 ਪੈਸੇ ਪ੍ਰਤੀ ਲੀਟਰ ਤੋਂ ਵਧ ਕੇ 7 ਰੁਪਏ 40 ਪੈਸੇ ਪ੍ਰਤੀ ਲੀਟਰ ਹੋ ਜਾਵੇਗਾ ਇਸ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ₹80 ਤੋਂ ਬਾਅਦ ਕੇ ₹86 ਹੋ ਜਾਣੀਆਂ ਤੇ ਬੈਟ ਵਿਚ ₹3 ਪ੍ਰਤੀ ਲੀਟਰ ਵਾਧੇ ਦੇ ਨਾਲ ਡੀਜ਼ਲ ਦੀ ਕੀਮਤ ਪੰਜਾਬ ਦੇ ਲਗਭਗ ਬਰਾਬਰ ਹੋਣ ਦੀ ਸੰਭਾਵਨਾ ਹੈ 33000 ਕਿਸਾਨਾਂ ਦਾ 190 ਕਰੋੜ ਦਾ ਕਰਜ਼ਾ ਹੋਵੇਗਾ ਮੁਆਫ ਸਰਕਾਰ ਨੇ ਚੁੱਕਿਆ ਵੱਡਾ ਕਦਮ ਤਾਂ ਦੋਸਤੋ ਇਸ ਸਾਲ ਸੌਣੀ ਦਾ ਸੀਜ਼ਨ ਕਿਸਾਨਾਂ ਦੇ ਲਈ ਚੰਗਾ ਨਹੀਂ ਰਿਹਾ ਹੜ੍ਹ ਮੀਂਹ ਅਤੇ ਸੂਕੇ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਤੇ ਕਿਸਾਨਾਂ ਦੀਆਂ ਕਰੋੜਾਂ ਰੁਪਏ ਦੀਆਂ ਫਸਲਾਂ ਤਬਾਹ ਹੋ ਗਈਆਂ ਪਰ ਕਿਸਾਨਾਂ ਦੇ ਨਾਲ ਇਸ ਸਾਲ ਅਜਿਹਾ ਨਹੀਂ ਹੈ ਹਰ ਸਾਲ ਕਿਸੇ ਨਾ ਕਿਸੇ ਆਫਤ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ ਕਿਸਾਨ ਸੁਭਾ ਤੇ ਕੇਂਦਰ ਸਰਕਾਰ ਤੋਂ ਕਾਰਜ ਲੈ ਕੇ ਮੁਆਵਜ਼ਾ ਦਿੰਦੇ ਹਨ ਪਰ ਕਈ ਵਾਰ ਇਹ ਨਾ ਕਾਫੀ ਹੁੰਦਾ ਤੇ ਹੁਣ ਇਸ ਸੁਭਾ ਸਰਕਾਰ ਨੇ ਆਰਥਿਕ ਤੌਰ ਤੇ ਕਮਜ਼ੋਰ ਕਿਸਾਨਾਂ ਦੀ ਮਦਦ ਲਈ ਕਦਮ ਚੁੱਕੇ ਹਨ ਜੁਪੀ ਦੇ 33000 ਕਿਸਾਨਾਂ ਨੂੰ ਦਿੱਤੀ ਰਾਹਤ ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਇੱਕ ਸਨ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ ਸੂਬੇ ਦੇ 33408 ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਅਤੇ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਸੂਬੇ ਦੇ ਖੇਤੀਬਾੜੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਨੇ ਕਿਹਾ ਹੈ ਕਿ ਸਾਲ 2017 ਵਿੱਚ ਯੋਗੀ ਸਰਕਾਰ ਦੇ ਗਠਨ ਤੋਂ ਬਾਅਦ ਕੈਬਨਿਟ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦਾ ਫੈਸਲਾ ਕੀਤਾ ਸੀ ਸੂਬਾ ਸਰਕਾਰ ਨੇ ਕਈ ਕਿਸਾਨਾਂ ਦੇ ਕਰਜ਼ੇ ਵੀ ਮਾਫ਼ ਕੀਤੇ ਹਨ ਪਾਰ ਕੋਜੇ ਕਿਸਾਨ ਇਸ ਤੋਂ ਬਾਂਝੇ ਰਹੇ ਤੇ ਹੁਣ ਉਹਨਾਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਰਤ ਸੂਬਾ ਸਰਕਾਰ ਨੇ ਐਸੇ ਸੰਬੰਧੇ 5 ਜਨਵਰੀ ਨੂੰ ਗਾਜਟ ਜਾਰੀ ਕੀਤਾ 1 ਲੱਖ ਰੁਪਏ ਤੱਕ ਦਾ ਕਰਜ਼ਾ ਹੋਵੇਗਾ ਮਾਫ ਸੂਬਾ ਸਰਕਾਰ ਉਹਨਾਂ ਕਿਸਾਨਾਂ ਦੇ ਕਰਜ਼ਾ ਮੁਆਫ ਕਰੇਗੀ ਜਿਸ ਨੇ 25 ਮਾਰਚ 2017 ਤੱਕ 1 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਹਾਲਾਂਕਿ ਸੂਬਾ ਸਰਕਾਰ ਸਾਲ 2023 ਤੱਕ ਕਿਸਾਨਾਂ ਦੀ ਸੂਚੀ ਜਾਰੀ ਕਰ ਸਕਦੀ ਹੈ ਇਸ ਵਿੱਚ 80 ਲੱਖ ਕਿਸਾਨਾਂ ਦੇ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਤੇ ਅਜੇ ਵਿੱਚ ਸੂਬਾ ਸਰਕਾਰ ਨੇ ਸੰਕੇਤ ਦਿੱਤ ਹੈ ਕਿ ਜਲਦ ਹੀ ਨਵੇਂ ਕਿਸਾਨਾਂ ਨੂੰ ਵੀ ਕਰਜ਼ਾ ਮੁਆਫੀ ਮਿਲ ਸਕਦੀ ਹੈ। ਭਾਰਤ ਵਿੱਚ ਕਰੋਨਾ ਦੇ 212 ਨਵੇਂ ਮਾਮਲੇ ਜਦਕਿ ਪੰਜਾਬ ਦੇ ਵਿੱਚ 6 ਨਵੇਂ ਮਾਮਲੇ ਦਰਜ ਆ ਤਾਂ ਦੋਸਤੋ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਕਰੋਨਾ ਵਾਇਰਸ ਦੇ ਨਵੇਂ ਕੇਸਾਂ ਦਾ ਐਲਾਨ ਕੀਤਾ ਗਿਆ ਹੈ। ਭਾਰਤ ਵਿੱਚ ਕੋਵਿਡ-19 ਦੇ 200 12 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਦੇ ਕਾਰਨ ਸ਼ਨੀਵਾਰ ਨੂੰ ਕਰੋਨਾ ਵਾਇਰਸ ਦੇ ਨਾਲ ਪੀੜਤਾਂ ਦੀ ਗਿਣਤੀ ਵਧ ਕੇ 4 ਕਰੋੜ 46 ਲੱਖ 81017 ਹੋ ਗਈ ਹੈ ਕਲੈਕਟਿਵ ਕੇਸ 2509 ਹੋ ਗਏ ਹਨ ਤੇ ਆਦੇ ਨਾਲ ਹੀ ਇਲਾਜ ਤੋਂ ਬਾਅਦ ਠੀਕ ਹੋ ਕੇ ਪਿਛਲੇ 24 ਘੰਟਿਆਂ ਵਿੱਚ 204 ਲੋਕ ਵਾਪਸ ਘਰ ਪਰਤੇ ਹਨ ਜਦਕਿ ਦੋ ਮੌਤਾਂ ਦਰਜ ਹੋਈਆਂ ਹਨ ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਰੋਜ਼ਾਨਾ ਲਾਗ ਦੇ ਦਰ 0.11 ਫੀਸੜੀ ਹੋ ਗਿਆ ਜਦ ਕਿ ਹਫਤਾਵਾਰੀ ਦਰ 0.12 ਫੀਸੜੀ ਦਰਜ ਕੀਤੀ ਗਿਆ ਤੇ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਵਿੱਚ ਕੋਵਿਡ-19 ਦੇ 1,88,768 ਨਮੂਨਿਆਂ ਦੀ ਜਾਂਚ ਕੀਤੀ ਗਿਆ ਤੇ ਪਿਛਲੇ 24 ਘੰਟਿਆਂ ਵਿੱਚ 204 ਕਰੋਨਾ ਪੀੜਤ ਲੋਕਾਂ ਹਸਪਤਾਲ ਦੇ ਵਿੱਚੋਂ ਸਿਹਤਯਾਪ ਹੋ ਕੇ ਘਰ ਵਾਪਸ ਪਰਤ ਚੁੱਕੇ ਹਨ ਜਦ ਕਿ ਦੋ ਮੌਤਾਂ ਦਰਜ ਹੋਈਆਂ ਤੇ ਐਕਟਿਵ ਕੇਸ ਦੀ ਕਾਲਾ 0.01 ਫੀਸਦੀ ਹੈ ਜਦ ਕਿ ਮੌਤ ਦਰ 1.19 ਫੀਸਦੀ ਹੈ ਪੰਜਾਬ ਵਿੱਚ ਕਰੋਨਾ ਦੀ ਸਥਿਤੀ ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਵਿੱਚ ਫਿਰ ਤੋਂ ਕਰੋਨਾ ਮਹਾਮਾਰੀ ਨੇ ਦਾਸ ਤੱਕ ਦੇ ਦਿੱਤਾ ਅਤੇ ਬੀਤੇ ਦਿਨੀ ਸ਼ਨੀਵਾਰ ਨੂੰ ਪੰਜਾਬ ਦੇ ਵਿੱਚ ਕਰੋਨਾ ਦੇ 34 ਐਕਟਿਵ ਆ ਪੋਜ਼ਿਟਿਵ ਆ ਕੇਸਾਂ ਦੀ ਪੁਸ਼ਟੀ ਹੋਈ ਹੈ ਹਾਲਾਂਕਿ ਕਰੋਨਾ ਤੋਂ ਡਰਨ ਦੀ ਲੋੜ ਨਹੀਂ ਹੈ ਇਲਾਜ ਦੇ ਨਾਲ ਨਾਲ ਸਾਵਧਾਨੀ ਵਰਤਣਾ ਬੇਹੱਦ ਜ਼ਰੂਰੀ ਹੈ ਪਿਛਲੇ 24 ਘੰਟਿਆਂ ਵਿੱਚ ਸ਼ਨੀਵਾਰ ਨੂੰ ਪੰਜਾਬ ਵਿੱਚ ਸਿਰਫ 6 ਮਾਮਲੇ ਦਰਜ ਕੀਤੇ ਗਏ ਜਦ ਕਿ ਐਕਟਿਵ ਕੇਸ ਚੌਂਤੇ ਹਨ ਤੇ ਕਰੋਨਾ ਦੇ ਨਾਲ ਪੰਜਾਬ ਵਿੱਚ ਸ਼ਨੀਵਾਰ ਨੂੰ ਵੀ ਕੋਈ ਮੌਤ ਦਰਜ ਨਹੀਂ ਕੀਤੀ ਗਈ ਧੋਖੇਬਾਜ਼ ਟਰੈਵਲ ਏਜੰਟਾਂ ਦੇ ਖਿਲਾਫ ਸਖਤੀ 239 ਇਮੀਗ੍ਰੇਸ਼ਨ ਐਡਵਾਈਜ਼ਰਾਂ ਤੇ 129 ਆਈਲੈਂਡ ਸੈਂਟਰਾਂ ਦੇ ਲਾਇਸੈਂਸ ਅਰਾਧਤਾ ਦੋਸਤੋ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਦੇ ਖਿਲਾਫ ਸਖਤੀ ਸ਼ੁਰੂ ਹੋ ਗਈ ਹੈ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗਣ ਵਾਲੇ ट्रैवल ਏਜੰਟਾਂ ਦੇ ਵਿਰੁੱਧ ਸ਼ਕਤੀ ਵਰਤਦੇ ਆ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ 239 ਇਮੀਗ੍ਰੇਸ਼ਨ ਸਲਾਹਕਾਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ ਤੇ ਇਸੇ ਤਰ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 129 ਆਈਲੈਂਡਸ ਸੈਂਟਰਾਂ ਦੇ ਲਾਇਸੈਂਸ ਵੀ ਰੱਦ ਕੀਤੇ ਗਏ ਹਨ